ਕਿਸੇ ਨੂੰ ਗਠੀਆ ਹੋ ਜਾਂਦਾ ਜੀ ਕਿਸੇ ਨੂੰ ਜੂਰਕ ਐਸਿਡ ਹੋ ਜਾਂਦਾ ਠੀਕ ਹੈ ਜੀ ਜਾਂ ਇਹਨਾਂ ਦੀਆਂ ਜਿਹੜੀਆਂ ਪ੍ਰੋਬਲਮਾਂ ਆ ਜੀ ਲੋਕਾਂ ਨੂੰ ਬਹੁਤ ਜ਼ਿਆਦਾ ਦੁਖੀ ਹੈ ਲੋਕ ਓਕੇ ਮਤਲਬ ਮੇਰੇ ਕੋਲ ਕਿੰਨੇ ਫੋਨ ਆ ਜਾਂਦੇ ਵੀ ਡਾਕਟਰ ਸਾਹਿਬ ਅਸੀਂ ਦਵਾਈਆਂ ਵੀ ਖਾ ਲਈਆਂ ਟੀਕੇ ਵੀ ਲਵਾ ਲਏ ਪਰ ਸਾਡਾ ਇਹ ਮਤਲਬ ਗਠੀਆ ਖੜਾ ਨਹੀਂ ਛੱਡਦਾ ਤਾਂ ਉਸ ਚੀਜ਼ ਦੀ ਰਾਹਤ ਵਾਸਤੇ ਮੈਂ ਦੱਸਦਾ ਜੀ ਵੀ ਕਿਸੇ ਜੇ ਕਿਸੇ ਨੂੰ ਸੱਜੇ ਪਾਸੇ ਦਰਦ ਹੁੰਦਾ ਜੀ ਤਾਂहां ਤੋਂ ਹੀਠਾਂ ਨੂੰ ਜਾਂਦੇ ਉਹਨੂੰ ਤਾਂ ਜਿਹੇ ਜੀ ਅਸੀਂ ਸੈਟਿਕਾ ਕਹਿੰਦੇ ਆ ਓਕੇ ਰੀਗਨ ਦਾ ਦਰਦ ਹਾਂਜੀ ਤੇ ਜੇ ਖੱਬੇ ਪਾਸੇ ਹੁੰਦਾ ਤਾਂ ਮਤਲਬ ਉਹਦੀ ਹੋਰ ਦਵਾਈ ਹੈ ਜੀ ਹੋਮੋਪੈਥੀ ਦੇ ਵਿੱਚ ਓਕੇ ਦਰਦ ਬਹੁਤ ਸਵੀਰ ਹੁੰਦਾ ਓਕੇ ਨਾਲ ਕਈਆਂ ਦੇ ਕੱਲੀ ਢੂਹੀ ਚ ਦਰਦ ਹੁੰਦਾ ਜਿਹਨੂੰ ਬੈਵਾਦੀ ਦਾ ਦਰਦ ਕਹਿੰਦੇ ਆ ਜੀ ਓਕੇ ਪਰ ਪਰ ਇੱਕ ਦਰਦ ਇਹ ਹੁੰਦਾ ਵੀ ਗਠੀਰੇ ਹੂੰ ਹੂੰ ਜਿਵੇਂ ਆਹ ਜੋੜ ਐ ਟੇਡਾ ਹੋ ਗਿਆ ਜੀ ਹੂੰ ਹੂੰ ਤੇ ਦਰਦਾਂ ਤੜ ਕੇ ਉੱਠਣ ਵੇਲੇ ਸਵੇਰ ਉੱਠਣ ਵੇਲੇ ਬਹੁਤ ਤੰਗ ਹੁੰਦੇ ਆ ਲੋਕ ਹੂੰ ਹੂੰ ਫੇਰ ਪੈਰਾਂ ਤੋਂ ਨਹੀਂ ਤੁਰਿਆ ਜਾਂਦਾ ਜੀ ਤਾਂ ਹੋਮੋਪੈਥੀ ਦੇ ਵਿੱਚ ਇਹ ਜਿਹੜੀਆਂ ਕਾਰਗਰ ਦਵਾਈਆਂ ਹੈ ਕਿ ਵੀ ਤੁਸੀਂ ਮਤਲਬ ਉਹਨਾਂ ਨੂੰ ਦੋ ਟਾਈਮ ਹੀ ਦਿਨ ਖਾ ਲੋ ਜੀ ਰਾਹਤ ਪਹਿਲੇ ਹਫਤੇ ਸਟਾਰਟ ਹੋ ਜੂਗੀ ਜੀ ਯਾਨੀ ਕਿ ਹੋਮੋਪੈਥੀ ਹੋਲੀ ਸਟਾਰਟ ਕੰਮ ਕਰਦੀ ਹੈ ਨਹੀਂ ਇਹ ਇਹ ਸਾਰਾ ਮਤਲਬ ਇੱਕ ਇਹ ਮਨ ਲੋਕ ਇਹ ਵੀ ਲੋਕਾਂ ਦੇ ਦਿਮਾਗ 'ਚ ਕੋਈ ਨਾ ਗੱਲ ਵੱਡ ਜਾਂਦੀ ਹੈ ਪਰ ਜਦੋਂ ਤੁਸੀਂ ਕਿਸੇ ਬੈਲ ਕੁਆਲੀਫਾਈਡ ਡਾਕਟਰ ਨੂੰ ਮਿਲਦੇ ਹੋ ਜੀ ਤਾਂ ਉਦੋਂ ਜੈ ਜੀ ਤੁਹਾਨੂੰ ਮਤਲਬ ਰਿਜ਼ਲਟ ਮਿਲਦਾ ਹੈ ਕਿਉਂ ਸਾਡੇ ਕੋਲਿਆਂ ਦੇ ਰਿਜ਼ਲਟ ਮਿਲਦੇ ਆ ਅੱਜ ਦੇ ਹੈਲਥ ਵਿੱਚ ਤੁਹਾਡਾ ਸਭ ਦਾ ਸਵਾਗਤ ਤੇ ਡਾਕਟਰ ਸਾਹਿਬ ਜੀ ਆਇਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਸਰ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਅੱਜ ਕੀ ਕੀ ਗੱਲਬਾਤ ਕਰੀਏ ਆਪਾਂ ਅੱਜ ਜੈਜੀ ਜਿਹੜੀਆਂ ਲੋਕਾਂ ਨੂੰ ਦਰਦਾਂ ਤੰਗ ਕਰਦੀਆਂ ਜਿਹੜੀਆਂ ਦਰਦਾਂ ਹੁੰਦੀਆਂ ਜੋੜਾਂ ਜੋੜਾਂ ਦੇ ਦਰਦਾਂ ਠੀਕ ਆ ਉਹ ਤਾਂ ਬਹੁਤ ਆ ਇਹਦੇ ਵਿੱਚ ਮੈਂ ਥੋੜਾ ਜਿਹਾ ਸਰ ਮਤਲਬ ਸਰਵੇਖਣ ਕਰਦਾ ਵੀ ਕਿ ਕਈਆਂ ਦੇ ਤਾਂ ਸੋਜ ਦੇ ਨਾਲ ਮਤਲਬ ਹੂੰ ਹੂੰ ਦਰਦਾਂ ਹੁੰਦੀਆਂ ਜੀ ਉਹ ਤਾਂ ਕਈ ਵਾਰੀ ਜਾ ਕੇ ਗੁਰਦਿਆਂ ਨਾਲ ਕਹਾਣੀ ਜੁੜ ਜਾਂਦੀ ਹੈ ਠੀਕ ਆ ਜਿਵੇਂ ਅੱਖਾਂ ਤੇ ਸੋਜ ਹੋ ਗਈ ਹੱਥਾਂ ਤੇ ਹੂੰ ਪੇਟ ਸੁੱਜ ਗਿਆ ਉਹ ਤਾਂ ਕਈ ਗੁਰਦਿਆਂ ਦੀ ਪ੍ਰੋਬਲਮ ਆ ਜਾਂਦੀ ਜੀ ਉਹਦੇ ਬਟ ਜਿਹੜੇ ਜਿਵੇਂ ਦੋ ਤਿੰਨ ਚੀਜ਼ਾਂ ਬੋਲ ਲੈਣੇ ਕਿਸੇ ਨੂੰ ਗਠੀਆ ਹੋ ਜਾਂਦਾ ਜੀ ਕਿਸੇ ਨੂੰ ਜੂਰਕ ਐਸਿਡ ਹੋ ਜਾਂਦਾ ਠੀਕ ਹੈ ਜੀ ਜਾਂ ਇਹਨਾਂ ਦੀਆਂ ਜਿਹੜੀਆਂ ਪ੍ਰੋਬਲਮਾਂ ਹੈ ਜੀ ਲੋਕਾਂ ਨੂੰ ਬਹੁਤ ਜ਼ਿਆਦਾ ਦੁਖੀ ਹੈ ਲੋਕ ਓਕੇ ਮਤਲਬ ਮੇਰੇ ਕੋਲ ਕਿੰਨੇ ਫੋਨ ਆ ਜਾਂਦੇ ਵੀ ਡਾਕਟਰ ਸਾਹਿਬ ਅਸੀਂ ਦਵਾਈਆਂ ਵੀ ਖਾ ਲਈਆਂ ਟੀਕੇ ਵੀ ਲਵਾ ਲਏ ਪਰ ਸਾਡਾ ਇਹ ਮਤਲਬ ਗਠੀਆ ਖਹਿੜਾ ਨਹੀਂ ਛੱਡਦਾ ਐਨੇ ਸਾਰਾਂ ਤੋਂ ਅਸੀਂ ਤਾਂ ਤੰਗ ਹੋਈ ਜਿੰਨੇ ਦਵਾਈਆਂ ਖਾ ਕੇ ਅੰਦਰ ਕਾਲਜਾ ਮੱਚਦਾ ਜੀ ਬਹੁਤ ਹੈ ਨਾ ਤਾਂ ਉਹ ਚੀਜ਼ ਦੀ ਰਾਹਤ ਵਾਸਤੇ ਮੈਂ ਦੱਸਦਾ ਜੀ ਕਿ ਕਿਸੇ ਜੇ ਕਿਸੇ ਨੂੰ ਸੱਜੇ ਪਾਸੇ ਦਰਦ ਹੁੰਦਾ ਜੀ ਤਾਂ ਹਾਂ ਤਾਂ ਉਹ ਹੀਠਾ ਨੂੰ ਜਾਂਦੇ ਉਹਨੂੰ ਤਾਂ ਜਿਹੇ ਜੀ ਅਸੀਂ ਸੈਟਿਕਾ ਕਹਿੰਦੇ ਆ ਓਕੇ ਰੀਗਣ ਦਾ ਦਰਦ ਹਾਂ ਜੀ ਰੀਗ ਰੀਡ ਦੀ ਰੀਡ ਦਾ ਰੀਡ ਦਾ ਹਾਂ ਹਾਂ ਜੀ ਓਕੇ ਤੇ ਜੇ ਖੱਬੇ ਪਾਸੇ ਹੁੰਦਾ ਤਾਂ ਮਤਲਬ ਉਹਦੀ ਹੋਰ ਦਵਾਈ ਹੈ ਜੀ ਹੋਮੋਪੈਥੀ ਦੇ ਵਿੱਚ ਦਰਦ ਬਹੁਤ ਸਵੀਰ ਹੁੰਦਾ ਜੀ ਓਕੇ ਦੂਜਾ ਰ ਹੈ ਜੀ ਨਾਲ ਕੰਨਾਂ ਦੇ ਕੱਲੀ ਟੂਹੀ ਚ ਦਰਦ ਹੁੰਦਾ ਜਿਹਨੂੰ ਬੈਵਾਦੀ ਦਾ ਦਰਦ ਕਹਿੰਦੇ ਆ ਜੀ ਓਕੇ ਪਰ ਪਰ ਇੱਕ ਦਰਦ ਇਹ ਹੁੰਦਾ ਵੀ ਗਠੀ ਦੇ ਜਿਵੇਂ ਆਹ ਜੋੜ ਐ ਟੇਡਾ ਹੋ ਗਿਆ ਜੀ ਤੇ ਦਰਦਾਂ ਤੜਕੇ ਉੱਠਣ ਵੇਲੇ ਸਵੇਰ ਉੱਠਣ ਵੇਲੇ ਬਹੁਤ ਤੰਗ ਹੁੰਦੇ ਆ ਲੋਕ ਫੇਰ ਪੈਰਾਂ ਤੋਂ ਨਹੀਂ ਤੁਰਿਆ ਜਾਂਦਾ ਜੀ ਤਾਂ ਹੋਮੋਪੈਥੀ ਦੇ ਵਿੱਚ ਇਹ ਜਿਹੀਆਂ ਕਾਰਗਰ ਦਵਾਈਆਂ ਹੈ ਕਿ ਵੀ ਤੁਸੀਂ ਮਤਲਬ ਉਹਨਾਂ ਨੂੰ 2-2 ਮਹੀਨੇ ਖਾ ਲਓ ਜੀ ਰਾਹਤ ਪਹਿਲੇ ਆਪੇ ਹੀ ਸਟਾਰਟ ਹੋ ਜੂਗੀ ਜੀ ਯਾਨੀ ਕਿ ਹੋਮੋਪੈਥੀ ਹੌਲੀ ਸਟਾਰਟ ਕੰਮ ਕਰਦੀ ਹੈ ਨਹੀਂ ਇਹ ਇਹ ਸਾਰਾ ਮਤਲਬ ਇੱਕ ਇਹ ਮਨ ਲੋਕੇ ਵੀ ਲੋਕਾਂ ਦੇ ਦਿਮਾਗ 'ਚ ਕੋਈ ਨਾ ਗੱਲ ਵੱਡ ਜਾਂਦੀ ਹੈ ਪਰ ਜਦੋਂ ਤੁਸੀਂ ਕਿਸੇ ਬੈਲ ਕੁਆਲੀਫਾਈਡ ਡਾਕਟਰ ਨੂੰ ਮਿਲਦੇ ਹੋ ਜੀ ਤਾਂ ਉਦੋਂ ਜੈ ਜੀ ਤੁਹਾਨੂੰ ਮਤਲਬ ਰਿਜ਼ਲਟ ਮਿਲਦਾ ਹੈ ਕਿਉਂ ਸਾਡੇ ਕੋਲਿਆਂ ਦੇ ਰਿਜ਼ਲਟ ਮਿਲਦੇ ਆ ਜੀ ਓਕੇ ਠੀਕ ਹੈ ਭਮੇ ਦੇ ਜੂਰ ਕੈਸਟ ਕਰਕੇ ਦਰਦਾ ਜੈ ਜੀ ਭਮੇ ਦੀ ਗੱਠੀਏ ਕਰਕੇ ਓਕੇ ਉਹਨਾਂ ਨੂੰ ਜਦੋਂ ਵੀ ਦਵਾਈ ਦੇਤੀ ਪਹਿਲੇ ਹਫਤੇ ਤੋਂ ਠੀਕ ਹੈ ਜਿਹਦੇ ਤੁਸੀਂ ਦਰਦਾ ਉਹਦਾ ਮੈਂ ਸੇਮ ਨਹੀਂ ਕਰ ਲੈਣਾ ਜੀ ਓਕੇ ਵੇ ਦੋ ਦੋ ਘੰਟਿਆਂ ਤੋਂ ਮੇਡ ਇਨ ਜਰਮਨ ਦਵਾਈ ਦੇ ਦੇ ਜੀ ਆਹ ਸ਼ਾਮ ਤੱਕ ਬੰਦੇ ਨੂੰ ਫਰਕ ਪੈ ਜਾਂਦਾ ਫਰਕ ਪੈ ਜਾਂਦਾ ਪਰ ਪਰ ਫੋਨ ਤੇ ਕੁਝ ਨਹੀਂ ਹੋਣਾ ਅੱਛਾ ਕਲੀਨਿਕ 'ਚ ਬੈਠ ਕੇ ਤੁਸੀਂ ਹਿਸਟਰੀ ਦਿਓ ਜੀ ਰਿਜ਼ਲਟ ਤੁਹਾਨੂੰ ਅਸੀਂ ਦੇਵਾਂਗੇ ਓਕੇ ਮਤਲਬ ਇਹ ਨਹੀਂ ਕਿ ਮੈਂ ਆਪ ਦੇ ਐਕਸਪੀਰੀਅੰਸ ਚ ਬੋਲ ਦੇਣਾ ਜਿਹੜੇ ਦੂਰ ਆ ਕੈਲਗਰੀ ਵਾਲੇ ਉਹ ਵੀ ਫੋਨ ਤੇ ਗੱਲ ਕਰ ਸਕਦੇ ਨੇ ਉਹ ਕਰ ਸਕਦੇ ਜੀ ਹਾਂ ਜੀ ਉਹ ਜ਼ਰੂਰ ਕਰ ਸਕਦੇ ਪਰ ਜਿਹੜੇ ਲੋਕਲ ਆ ਉਹਨਾਂ ਨੂੰ ਸਟੂਡੀਓ 'ਚ ਆਉਣਾ ਪੈਣਾ ਜਿਹੜੇ ਜਿਹੜੇ ਆ ਸਕਦੇ ਆ ਜੀ ਉਹਨਾਂ ਦਾ ਹਾਂ ਇੱਕ ਪਹਿਲੀ ਵਾਰੀ ਆ ਜਣ ਉਹ ਤੋਂ ਬਾਅਦ ਭੰਦੀ ਊਮਗਵਾ ਲੈਣ ਜੀ ਜਣੀ ਉਹਨਾਂ ਦੇ ਕਹਿਣ ਦਾ ਮਤਲਬ ਵੀ ਜੇ ਉਹ ਆ ਕੇ ਸਾਨੂੰ ਹਿਸਟਰੀ ਦਿੰਦੇ ਆ ਜੇ ਉਹਨਾਂ ਕੋਲ ਰਿਪੋਰਟਸ ਹੈਗੀਆਂ ਜੀ ਕੋਈ ਗੱਠੀ ਦੀ ਰਿਪੋਰਟ ਹੋਈ ਹੈ ਜੂਰ ਕੇਸਰ ਦੀ ਰਿਪੋਰਟ ਹੋਈ ਹੈ ਉਹ ਨਾਲ ਚੱਕ ਲਿਓਣ ਤਾਂ ਮੈਂ ਦੋਕ ਦਵਾਈਆਂ ਵੀ ਬੋਲ ਦਿੰਨਾ ਜੀ ਕਿ ਜਿਹਦੇ ਨਾਲ ਜੇ ਉਹਨਾਂ ਨੂੰ ਮਤਲਬ ਲੱਗਦਾ ਵੀ ਇਹੇ ਦਰਦ ਛੇਤੀ ਠੀਕ ਹੋ ਜਾਂਦਾ ਆ ਵੀ ਕਿ ਤਾ ਹੋਰ ਲੈ ਸਕਦੇ ਆ ਲੈ ਸਕਦੇ ਜੀ ਉਹ ਮਤਲਬ ਲੈਂਡ ਮੇਡ ਇਨ ਜਰਮਨ ਜਿਹੜਾ ਮੈਂ ਇੱਕ ਡਰਾਪਸ ਬੋਲੂਗਾ ਜੀ ਤੇ ਬਾਕੀ ਦਵਾਈ ਜਿਹੜੀ ਮੈਂ ਬੋਲੂਗਾ ਉਹ ਲੈ ਲਨ ਜੀ ਓਕੇ ਨੰਬਰ 1 ਦੀ ਤਾਂ ਦਵਾਈ ਹੋਊਗੀ ਜੀ ਮਡੂਰੀਨਮ 200 ਇਹ ਹਫਤੇ ਬਾਅਦ ਲੈਣੀ ਹੈ ਜੀ ਓਕੇ ਇੱਕ ਦਵਾਈ ਹੁੰਦੀ ਹੈ ਜੀ ਰਿਸਟੌਕਸ ਓਕੇ 30 ਇਹ ਦਿਨ ਵਿੱਚ ਦੋ ਵਾਰੀ ਲੈਣੀ ਹੁੰਦੀ ਹੈ ਜੀ ਜੇ ਜਿਆਦਾ ਦਰਦਾਂ ਦਾ ਤੰਦਵਾਰ ਓਕੇ ਇੱਕ ਜਿਹਦੇ ਵਿੱਚ ਡਰਾਪਸ ਬੋਲ ਨੂੰ ਲੱਗੇ ਆ ਮੇਡ ਇਨ ਜਰਮਨ ਓਕੇ ਆਰ 11 ਹੂੰ ਇਹ ਡੂਕ ਕੁੜ ਫਾਰਮ ਹੁੰਦਾ ਜੀ 50 ਐਮ ਐਲ ਪੈਕਿੰਗ ਹੁੰਦੀ ਹੈ ਓਕੇ ਜਿਨ੍ਹਾਂ ਨੂੰ ਜਿਆਦਾ ਦਰਦ ਹੈ 10-10 ਡਰਾਪਸ ਹੂੰ ਹੂੰ ਪਾਣੀ ਚ ਪਾ ਕੇ ਹੂੰ ਹੂੰ ਇਹ 3 ਟਾਈਮ ਲੈ ਲੈਣ ਓਕੇ ਪਾਉਣੇ ਕੋਸੇ ਪਾਣੀ ਚ ਜੀ ਮਤਲਬ ਐ ਨਹੀਂ ਕਿ ਠੰਡੇ ਚ ਨਹੀਂ ਪਾਉਣੇ ਠੀਕ ਆ ਫਿਰ ਮੈਂ ਰਿਪੀਟ ਕਰਨੇ ਆ ਮਡੂਰੀ ਨੰਬਰ 200 ਵੀਕ ਲਈ ਜੀ ਹੂੰ ਰਿਸਟੌਕਸ 30 ਸਵੇਰ ਤੇ ਪਰੇ ਸ਼ਾਮ ਇਹ ਜਿਹੜੇ ਆਰ 11 ਮੇਡ ਇਨ ਜਰਮਨ 50 ਐਮ ਐਲ 10-10 ਡਰਾਪਸ ਤਿੰਨ ਵਾਰੀ ਪੀ ਲੈਣ ਜੀ ਉਹਨਾਂ ਨੂੰ ਫਾਇਦਾ ਹੋ ਜਾਣਾ ਜੀ ਜੇ ਨਹੀਂ ਫਾਇਦਾ ਹੁੰਦਾ ਤਾਂ ਸਾਨੂੰ ਮਿਲ ਲੈਣ ਜੀ ਕੋਈ ਹੋਰ ਦਵਾਈes ਤੋਂ ਬਾਅਦ ਹੋਰ ਜੱਜ ਜੀ ਬਹੁਤ ਵਧੀਆ ਦਵਾਈਆਂ ਹੈਗਾ ਕਿ ਕਈ ਰਿ ਸਿਮਪਟਮ ਹੋਰ ਹੁੰਦੇ ਆ ਇਹ ਮੈਂ ਕੋਮਨ ਦਵਾਈਆਂ ਬੋਲੀਆਂ ਹੈਗੀਆਂ ਤਾਂ ਜਦੋਂ ਮਰਜੀ ਸਾਡਾ ਕਲੀਨਕ ਅਡਰੈਸ ਆਈ ਰਿਹਾ ਹਣਾ ਜੱਜ ਜੀ ਤੁਹਾਡੇ ਥਰੂ ਤੇ ਇਹਨਾਂ ਦਾ ਟਰੀਟਮੈਂਟ ਪਰਮਨੈਂਟ ਹੋ ਜਾਊਗਾ ਜੀ ਤੇ ਕੋਈ ਹੋਰ ਕੋਈ ਸੇਵਾਵਿਤ ਦੱਸੋ ਬਾਕੀ ਤੁਸੀਂ ਭਰੇਜ ਆ ਜਿਹੜਾ ਉਹ ਡਾਕਟਰ ਸਾਹਿਬ ਨੂੰ ਫੋਨ ਕਰਕੇ ਪੁੱਛ ਲਿਓ ਕਿਉਂਕਿ ਸਾਡਾ ਹੁਣ ਟਾਈਮ ਹੋ ਗਿਆ ਸੋ ਅਸੀਂ ਥੈਂਕ ਯੂ ਕਰਦੇ ਆ ਤੁਹਾਡਾ ਥੈਂਕ ਯੂ ਕਰਦੇ ਡਾਕਟਰ ਸਾਹਿਬ ਦਾ ਬਹੁਤ ਸਾਰੇ ਮਰੀਜ਼ ਠੀਕ ਹੋ ਰਹੇ ਨੇ ਇਹਨਾਂ ਨੂੰ ਦਵਾਈ ਲੈ ਕੇ ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖੋ ਸਤਿ ਸ਼੍ਰੀ ਅਕਾਲ